ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਸ ਸਮੇਂ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰੂ ਕਾ ਲਾਹੌਰ। ਗੁਰੂ ਕਾ ਲਾਹੌਰ ਇਹ ਅਨੰਦਪੁਰ ਤੋਂ ਕਰੀਬਨ 12-13 ਕਿਲੋਮੀਟਰ ਦੂਰ 'ਤੇ ਹੈ ਜੀ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਸਨ ਜੀ, ਤਾਂ ਉਹ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਔਰ ਇੱਥੇ ਜਿੱਥੇ ਆਪਾਂ ਖੜ੍ਹੇ ਹਾਂ, ਇਹ ਸਾਹਮਣੇ ਪਿੱਛੇ ਹੈ ਜੀ ਤ੍ਰਿਵੈਣੀ। ਤ੍ਰਿਵੈਣੀ ਵਿੱਚ ਇੱਥੇ ਮਹਾਰਾਜ ਨੇ ਕਿਰਪਾ ਵਰਸ਼ਾ ਮਾਰ ਕੇ ਗੰਗਾ, ਜਨਮਨਾ ਔਰ ਸਰਸਵਤੀ ਤਿੰਨਾਂ ਨੂੰ ਇੱਥੇ ਪ੍ਰਗਟ ਕੀਤਾ ਸੀਗਾ ਜੀ। ਔਰ ਜਿੱਥੇ ਪਾਣੀ ਦੀ ਜ਼ਿਆਦਾ ਇੱਥੇ ਬਹੁਤ ਕਮੀ ਸੀ, ਔਰ ਇੱਥੋਂ ਦਾ ਜਿਹੜਾ ਸੀ ਇੱਥੇ ਪਾਣੀ ਦੀ ਆਮਦ ਕੀਤੀ ਹੈ ਜੀ, ਉਹ ਤੁਹਾਨੂੰ ਦਿਖਾਉਂਦੇ ਹਾਂ ਜੀ, ਦਰਸ਼ਨ ਕਰਾਉਂਦੇ ਹਾਂ। ਗੁਰਦੁਆਰਾ ਤ੍ਰਿਵੈਣੀ ਸਾਹਿਬ, ਇੱਥੇ ਸੰਗਤਾਂ ਦੀ ਬੇਨਤੀ ਸੀ ਵੀ ਇੱਥੇ ਪਾਣੀ ਦੀ ਘਾਟ ਸੀਗੀ ਜੀ, ਔਰ ਗੁਰੂ ਮਹਾਰਾਜ ਨੇ ਕਿਰਪਾ ਵਰਸ਼ਾ ਮਾਰ ਕੇ ਤਿੰਨ ਵਰਸ਼ੇ ਮਾਰੇ, ਔਰ ਤਿੰਨਾਂ ਦਾ ਇੱਥੇ ਪਾਣੀ ਗੰਗਾ, ਜਮਨਾ ਔਰ ਸਰਸਵਤੀ ਇੱਥੇ ਪ੍ਰਗਟ ਕੀਤੀ ਜੀ। ਆਓ ਤੁਹਾਨੂੰ ਉਸ ਜਗ੍ਹਾ ਦੇ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਜਿੱਥੇ ਮਹਾਰਾਜ ਨੇ ਵਰਸ਼ਾ ਮਾਰ ਕੇ ਜਲ ਕੱਢਿਆ ਸੀ ਜੀ। ਵਾਹਿਗੁਰੂ। ਪਾਣੀ ਦੇ ਵਿੱਚ ਸ਼ਾਇਦ ਕੈਮਰਾ ਤੁਹਾਨੂੰ ਸਹੀ ਤਰੀਕੇ ਨਾਲ ਨਾ ਦਿਖਾ ਸਕੇ ਜੀ। ਇਹਦੇ ਵਿੱਚ ਤਿੰਨ ਨਿਸ਼ਾਨ ਨੰਗੀ ਅੱਖਾਂ ਰਾਹੀਂ ਤਾਂ ਤੁਸੀਂ ਦੇਖ ਸਕਦੇ ਹੋ, ਪਾਣੀ ਬੀਜ ਦੀ ਇਹ ਦਰਸ਼ਨ ਨਹੀਂ ਹੁੰਦੇ ਜੀ। ਅਤੇ ਜਿੱਦਾਂ ਦੇ ਤੁਹਾਨੂੰ ਇਸ ਦੇ ਦਰਸ਼ਨ ਕਰਵਾਏ ਜੀ, ਇਹ ਗੁਰੂ ਮਹਾਰਾਜ ਨੇ ਇੱਥੇ ਕੌਤਕ ਵਰਤਾਇਆ ਸੀ, ਔਰ ਗੁਰੂ ਮਹਾਰਾਜ ਜਦੋਂ ਇੱਥੋਂ ਮਾਤਾ ਜੀਤ ਕੌਰ ਨੂੰ ਵਿਆਹੁਣ ਆਇਆ ਸੀ ਤਾਂ ਉਦੋਂ ਦੀ ਸਮੇਂ ਦੀ ਇਹ ਕੌਤਕਾ ਮਹਾਰਾਜ ਜੀ ਦਾ। ਆਓ ਦਰਸ਼ਨ ਕਰਦੇ ਹਾਂ ਗੁਰੂ ਮਹਾਰਾਜ ਜੀ ਦੇ, ਫਿਰ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਜੀ। ਵਾਹਿਗੁਰੂ। ਇਹ ਜਿਹੜੀ ਸਥਾਨ ਹੈ ਅਨੰਦਪੁਰ ਤੋਂ 12-13 ਕਿਲੋਮੀਟਰ ਦੀ ਦੂਰੀ 'ਤੇ ਹੈ ਜੀ ਇਹ ਗੁਰੂ ਕਾ ਲਾਹੌਰ। ਇਹ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਹੈ ਜੀ ਤ੍ਰਿਵੈਣੀ ਸਾਹਿਬ, ਔਰ ਇਸ ਤੋਂ ਅੱਗੇ ਤੁਹਾਨੂੰ ਅੱਗੇ ਹੋਰ ਦੇ ਨਾਲ ਨਹੀਂ ਜੁੜਦੇ ਹੋਏ ਨਾਲ ਦਰਸ਼ਨ ਕਰਾਵਾਂਗੇ ਜੀ। ਔਰ ਇਹ ਸੀ ਗੁਰੂ ਦੁਆਰਾ ਤ੍ਰਿਵੈਣੀ ਸਾਹਿਬ, ਗੁਰਦੁਆਰਾ ਤ੍ਰਿਵੈਣੀ ਸਾਹਿਬ ਜੀ। ਹੁਣ ਇਸ ਤੋਂ ਅੱਗੇ ਤੁਹਾਨੂੰ ਗੁਰਦੁਆਰਾ ਪੌੜ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜੀ। ਇਹ ਪੌੜ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਦੱਸ ਰਿਹਾ ਬਾਬਾ ਜੀ। ਗੁਰੂ ਮਹਾਰਾਜ ਨੇ ਜਦੋਂ ਤਿੰਨ ਵਰਸ਼ੇ ਮਾਰ ਕੇ ਪਾਣੀ ਕੱਢਿਆ ਤਾਂ ਉਸ ਤੋਂ ਅੱਗੇ ਘੋੜਾ ਜਿਹੜਾ ਇਸ ਜਗ੍ਹਾ 'ਤੇ ਆ ਕੇ ਤੁਹਾਨੂੰ ਲੈ ਕੇ ਚੱਲਦੇ ਹਾਂ, ਹੋਰ ਤੁਹਾਨੂੰ ਨਾਲ ਦੀ ਨਾਲ ਦੱਸ ਰਿਹਾ ਸੀ। ਘੋੜਾ ਇਸ ਜਗ੍ਹਾ 'ਤੇ ਆ ਕੇ ਰੁਕ ਜਾਂਦਾ ਹੈ ਅਤੇ ਮਹਾਰਾਜ ਨੇ ਘੋੜੇ ਨੂੰ ਅੱਗੇ ਤੁਰਨ ਦੀ ਕੋਸ਼ਿਸ਼ ਕੀਤੀ ਪਰ ਘੋੜਾ ਅੱਗੇ ਨਹੀਂ ਤੁਰਿਆ। ਫਿਰ ਘੋੜੇ ਨੇ ਇੱਥੇ ਇੱਕ ਪੌੜ ਮਾਰਿਆ, ਪੌੜ ਜਾਂ ਸੁੰਬ ਕਹਿ ਸਕਦੇ ਹਾਂ। ਜਦੋਂ ਉਹ ਪੈਰ ਚੱਕਿਆ ਤਾਂ ਉੱਥੇ ਪਾਣੀ ਨਿਕਲਿਆ। ਉਹ ਸੰਗਤ ਨੇ ਇੱਥੋਂ ਦਾ ਪੁੱਛਿਆ ਸੀ ਵੀ ਮਹਾਰਾਜ ਇੱਥੇ ਵੀ ਫਰਕ ਕੀ ਲੱਗੂ, ਵੀ ਪਤਾ ਲੱਗੇ ਵੀ ਤੁਹਾਡੇ ਇਹ ਜਿਹੜੇ ਪ੍ਰਗਟ ਕੀਤਾ ਪਾਣੀ ਔਰ ਘੋੜੇ ਦਾ ਪਾਣੀ ਪੌੜ ਮਾਰ ਕੇ ਕੱਢਿਆ ਹੋਇਆ, ਇਹਦੇ 'ਚ ਕੀ ਅੰਤਰ ਰਹੂਗਾ। ਤਾਂ ਉਸ ਗੁਰੂ ਮਹਾਰਾਜ ਨੇ ਇੱਥੇ ਵਚਨ ਕੀਤਾ ਸੀ ਕਿ ਇਹ ਪਾਣੀ ਖਾਰਾ ਹੋਵੇਗਾ, ਇਹ ਸਮੁੰਦਰ ਦਾ ਪਾਣੀ ਹੋਊਗਾ ਜੀ। ਆਓ ਹੁਣ ਉਸ ਤੁਹਾਨੂੰ ਦਰਸ਼ਨ ਕਰਾਉਣੇ ਜੀ ਉਸ ਪੌੜ ਦੇ ਜਿੱਥੇ ਗੁਰੂ ਮਹਾਰਾਜ ਦੇ ਘੋੜੇ ਨੇ ਨਿਸ਼ਾਨ ਪਾਏ ਸਨ ਜੀ। ਉਹ ਸੁੰਬ ਦੇ ਦਰਸ਼ਨ ਤੁਹਾਨੂੰ ਕਰਾ ਦੇ ਜੀ। ਇਹ ਬਿਲਕੁਲ ਦੇਖ ਸਕਦੇ ਹੋ ਇਹ ਨੇੜੇ ਹਿਮਾਚਲ ਦੇ ਏਰੀਏ ਦੇ ਵਿੱਚ ਹੈ ਜੀ, ਨੇੜੇ ਪਹਾੜ ਜੇ ਹੈ ਛੋਟੇ ਛੋਟੇ ਜੀ ਹਜੇ ਤੱਕ। ਆਹੋ ਜੀ, ਤੁਹਾਨੂੰ ਲੈ ਕੇ ਚੱਲਦੇ ਹੁਣ ਉਸ ਸਥਾਨ 'ਤੇ ਜਿੱਥੇ ਗੁਰੂ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ ਸੀ। ਇਹ ਉਹ ਸਥਾਨ ਹੈ ਜੀ ਜਿੱਥੇ ਮਹਾਰਾਜ ਦੇ ਘੋੜੇ ਨੇ ਸੁੰਬ ਮਾਰਿਆ ਸੀ। ਤੁਸੀਂ ਦੇਖ ਸਕਦੇ ਹੋ ਬਿਲਕੁਲ ਪੌੜ ਦਾ ਨਿਸ਼ਾਨ ਹੈ ਜੀ ਇਹ, ਔਰ ਇੱਥੋਂ ਪਾਣੀ ਦਾ ਬਹਾਅ ਅੱਜ ਵੀ ਨਿਰੰਤਰ ਚੱਲਦਾ ਰਹਿੰਦਾ ਜੀ।
ਇਸ ਨੂੰ ਰੋਕ ਕੇ ਰੱਖਿਆ ਜਾਂਦਾ। ਇਸ ਦਾ ਪਾਣੀ ਮੈਂ ਟੇਸਟ ਕਰਕੇ ਦੇਖਿਆ, ਇਹ ਖਾਰਾ ਹੈ ਜੀ। ਅਤੇ ਆਓ ਹੁਣ ਤੁਹਾਨੂੰ ਅੱਗੇ ਨਾਲ ਦੀ ਨਾਲ ਲੈ ਕੇ ਚੱਲਾਂਗੇ ਜੀ, ਜਿੱਥੇ ਮਹਾਰਾਜ ਦੇ ਆਨੰਦ ਕਾਰਜ ਹੋਏ ਸਨ ਜੀ। ਇਹ ਸਾਹਮਣੇ ਗੁਰੂ ਕਾ ਲਾਹੌਰ, ਇਹ ਗੁਰਦੁਆਰਾ ਗੁਰੂ ਕਾ ਲਾਹੌਰ, ਇੱਥੇ ਭਾਈ ਹਰਜਸ ਦੀ ਸਪੁੱਤਰੀ ਮਾਤਾ ਜੀਤ ਕੌਰ ਜੀ ਦਾ ਆਨੰਦ ਕਾਰਜ ਹੋਇਆ ਸੀਗਾ ਜੀ। ਇੱਥੇ ਇਤਿਹਾਸ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹੋ, ਸੰਨ 1677 ਜੀ, 23 ਹਾੜ 1734, ਇੱਥੇ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਸਨ ਜੀ। ਅਤੇ ਬਸੰਤ ਪੰਚਮੀ ਨੂੰ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ, ਔਰ ਸੰਗਤਾਂ ਬਹੁਤ ਹੀ ਧੂਮਧਾਮ ਮਨਾਉਂਦੀਆਂ ਹਨ। ਆਓ ਤੁਹਾਨੂੰ ਲੈ ਕੇ ਚੱਲਦੇ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ। ਇਹ ਉਹ ਸਥਾਨ ਹੈ ਜੀ ਜਿੱਥੇ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਹੋਏ ਸਨ ਜੀ। ਇਹ ਉਹ ਸਥਾਨ ਹੈ ਜੀ। ਵਾਹਿਗੁਰੂ ਵਾਹਿਗੁਰੂ। ਇਹ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਦਾ ਦ੍ਰਿਸ਼, ਇਹ ਬਿਲਕੁਲ ਜਮਾਂ ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਜੀ ਇਹ ਗੁਰੂ ਕਾ ਲਾਹੌਰ। ਇਹ ਦੇਖ ਸਕਦੇ ਹੋ ਤੁਸੀਂ ਗੁਰੂ ਕਾ ਲਾਹੌਰ ਜੀ। ਉਹ ਤੁਹਾਨੂੰ ਇੱਕ ਥੱਲੇ ਬੌਲੀਆਂ ਹਨ, ਉਹਨਾਂ ਦੇ ਵੀ ਦਰਸ਼ਨ ਕਰਾਉਣੇ ਹਨ ਜੀ। ਇਹ ਅਨੰਦਪੁਰ ਤੋਂ 12-13 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਪੈਂਦਾ ਜੀ ਗੁਰੂ ਕਾ ਲਾਹੌਰ। ਇਸ ਤੋਂ ਪਿੱਛੇ ਬਸੰਤਗੜ੍ਹ ਜਿੱਥੇ ਮਹਾਰਾਜ ਦੀ ਬਰਾਤ ਚੜ੍ਹੀ ਸੀ, ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ। ਇੱਕ ਵੀਡੀਓ ਦੇ ਵਿੱਚ ਹੋਰ ਪਾਰਟ ਹੋਊਗਾ, ਉਹਦੇ ਤੁਸੀਂ ਦੇਖ ਸਕਦੇ ਹੋ। ਗੁਰਦੁਆਰਾ ਸਿਰਾ ਸਾਹਿਬ ਬਣਿਆ ਹੋਇਆ ਜੀ, ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ। ਪਾਰਟ ਦਰ ਪਾਰਟ ਜੁੜੇ ਰਿਹਾ ਕਰੋ ਜੀ, ਤਾਂ ਕਿ ਗੁਰੂ ਮਹਾਰਾਜ ਸਾਰੇ ਇਤਿਹਾਸ ਨਾਲ ਤੁਹਾਨੂੰ ਜੋੜਾਂਗੇ ਜੀ। ਪਾਰਟ ਦਰ ਪਾਰਟ ਜੁੜੇ ਰਹੋ ਜੀ। ਯਾਤਰਾ ਆਪਣੀ ਕਰੀਬਨ 5-6 ਮਹੀਨੇ ਚੱਲਣੀ ਹੈ ਜੀ, ਸਾਰਾ ਤੁਹਾਨੂੰ ਇਹ ਚੀਜ਼ ਦਿਖਾਵਾਂਗੇ ਜੀ। ਵਾਹਿਗੁਰੂ। ਇਹ ਤੁਸੀਂ ਦਰਸ਼ਨ ਕਰੋ ਜੀ ਗੁਰੂ ਮਹਾਰਾਜ ਦੀ, ਇੱਕ ਹੋਰ ਬੋਲੀ ਹੈ ਜੀ, ਉਹ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਜੀ। ਇਹ ਤੁਸੀਂ ਇੱਕ ਗੱਲ ਹੋਰ ਦੇਖਣ ਵਾਲੀ ਇਹਦੇ ਵਿੱਚ, ਇਹ ਤੁਸੀਂ ਦੇਖੋ ਪਾਣੀ ਦਾ ਲੈਵਲ ਕਿੰਨਾ ਉੱਚਾ ਹੈ ਜੀ, ਅਤੇ ਜਿਹੜਾ ਪਹਾੜ ਹੈ ਦਾ ਏਰੀਆ ਬਿਲਕੁਲ, ਅਤੇ ਇੱਧਰੋਂ ਡੂੰਘੀਆਂ ਵੀ ਕਾਫੀ ਖਾਈਆਂ, ਪਰ ਉੱਥੋਂ ਵੀ ਪਾਣੀ ਦੀ ਧਾਰਾ ਆ ਸਕਦੀ ਹੈ, ਪਰ ਨਹੀਂ, ਇੱਥੇ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ, ਇੱਥੇ ਤਾਂ ਕਰਕੇ ਇੰਨਾ ਉੱਚਾ ਲੈਵਲ ਹੈ ਜੀ ਪਾਣੀ ਦਾ, ਤਾਂ ਕਰਕੇ ਇੱਥੇ ਮਹਾਰਾਜ ਦਾ ਇੱਥੇ ਬਖਸ਼ਿਸ਼ ਹੈ ਇੱਥੇ ਇਲਾਕੇ ਦੇ ਵਿੱਚ, ਤਾਂ ਹੀ ਇੰਨਾ ਉੱਚਾ ਲੈਵਲ ਪਹਾੜਾਂ ਦੇ ਵਿੱਚ ਪਾਣੀ ਦਾ ਸਰੋਤ ਮਿਲਿਆ ਹੋਇਆ ਜੀ। ਔਰ ਇਹ ਤੁਹਾਨੂੰ ਇੱਥੋਂ ਦੇ ਦਰਸ਼ਨ ਕਰਾਏ ਗੁਰਦੁਆਰਾ ਗੁਰੂ ਕੇ ਲਾਹੌਰ, ਇਹ ਸੰਗਤ ਦਿੱਲੀ ਤੋਂ ਆਈ ਹੋਈ ਹੈ ਜੀ, ਅਤੇ ਇੱਦਾਂ ਦੀ ਸੇਵਾ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਤੋਂ, ਅਤੇ ਜੋ ਸੇਵਾ ਕਰਦੀ ਸੰਗਤ, ਅਤੇ ਸੰਗਤ ਜੀ ਇਹ ਤੁਹਾਨੂੰ ਦਰਸ਼ਨ ਕਰਾ ਗੁਰੂ ਕੇ ਲਾਹੌਰ 'ਤੇ ਜੀ। ਸੰਗਤ ਤੋਂ ਤੁਹਾਨੂੰ ਜੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਤੁਹਾਨੂੰ ਇਸ ਨੂੰ ਸ਼ੇਅਰ ਕਰ ਦੇਣਾ ਜੀ। ਸਫ਼ਰ ਵਿਦ ਜਗਤਾਰ ਦੇ ਨਾਲ ਤੁਸੀਂ ਜੁੜੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।